ਉੱਚੇ ਟਿੱਬੇ ਵਾਲਿਆਂ ਨੂੰ, ਟਿੱਬੇ ਵਾਲੇ ਜਿਹੜੇ ਉੱਚੇ ਟਿੱਬੇ ਉੱਚੇ ਉੱਚ ਹੁੰਦੇ ਨੇ ਉਹਨਾਂ ਉਹ ਮਜਬਾ ਲੈ ਜਾਂਦੇ ਨੇ, ਜਿਹੜੇ ਸਾਡੇ ਵਰਗੇ ਡੋਬਿਆਂ ਦੇ ਹੋਣਾ ਤੁਹਾਡੇ ਸਾਹਮਣੇ ਆ 5-5 ਫੁੱਟ ਪੱਠੇ 'ਚ ਹੈਗੇ ਨੇ ਜੀ, ਇੱਕ ਡੁੱਬੇ ਪਏ ਨੇ, ਸਾਨੂੰ ਕੋਈ ਸ਼ਾਇਦ ਨਹੀਂ ਮਿਲਣੀ, ਜੇ ਉੱਤੇ ਉੱਤੇ ਟਿੱਬੇ ਵਾਲੇ ਉੱਚੇ ਪਹਾੜੀਆਂ ਵਾਲੇ ਉਹ ਪੈਸੇ ਲੈ ਜਾਂਦੇ ਨੇ। ਹਾਂਜੀ ਦੋਸਤੋ ਨਮਸਕਾਰ, ਮੈਂ AMTV ਦਾ ਸੰਪਾਦਕ ਅਸ਼ੋਕ ਮਹਿਕ ਅਤੇ ਮੈਂ ਇਸ ਟਾਈਮ ਮੌਜੂਦ ਹਾਂ ਬਾਰਡਰ ਪੱਟੀ ਦੇ ਪਿੰਡ ਚੱਕੇਵਾ ਰਕਬਾ ਢਾਣੀ ਬਚਨ ਸਿੰਘ, ਜਿੱਥੇ ਹਰ ਵਾਰ ਜਿਹੜਾ ਕਿ ਪਾਣੀ ਅੜਾ ਆਉਂਦੀ ਹੈ ਜਦੋਂ ਵੀ ਪਾਣੀ ਆਉਂਦਾ ਇੱਥੇ, ਅਤੇ ਕਾਫੀ ਰਕਬਾ ਜਿਹੜਾ ਇੱਥੇ ਜਿਹੜਾ ਕਿ ਝੋਨਿਆਂ ਦਾ ਹੋਵੇ ਜਾਂ ਜਿਹੜੀ ਵੀ ਫਸਲ ਹੋਵੇ ਤਬਾਹ ਹੋ ਜਾਂਦੀ ਹੈ ਜਾਂ ਪਸ਼ੂਆਂ ਦਾ ਚਾਰਾ ਹੋਵੇ, ਹੈ ਨਾ। ਅਤੇ ਜੇਕਰ ਮੌਕੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਪਹੁੰਚ ਕੇ ਸਾਰ ਲਈ ਜਾਵੇ, ਕਿਉਂਕਿ ਇੱਥੇ ਜ਼ਿਆਦਾਤਰ ਜਿਹੜੇ ਕਿ ਕੋਈ ਵੱਡੇ ਸ਼ਾਹੂਕਾਰ ਨਹੀਂ ਬੈਠੇ ਹੈਗੇ, ਕਿੱਲਾ 2 ਕਿੱਲੇ ਵਾਲੇ ਜ਼ਮੀਨ ਦੇ ਜਿਹੜੇ ਹੈਗੇ ਨੇ, ਕੋਈ ਜ਼ਿਆਦਾ ਵੱਧ ਤੋਂ ਵੱਧ ਜਾਂ 5 ਕਿੱਲੇ ਵਾਲੇ ਕੋਈ ਜ਼ਿਆਦਾ ਨਹੀਂ ਹੈਗਾ। ਅਤੇ ਮੌਕੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਪਹੁੰਚ ਕੇ ਸਾਰ ਲਈ ਜਾਵੇ। ਔਰ ਇਹ ਜਿਹੜਾ ਕਿ ਇਹ ਰਕਬਾ ਪਿੱਛੋਂ ਤੁਸੀਂ ਦੇਖ ਰਹੇ ਹੋ, ਇਹ ਪਾਣੀ ਕੱਲ੍ਹ ਮੈਂ ਉੱਧਰ ਵੀ ਹੋ ਕੇ ਆਇਆ ਬਾਰਡਰ ਪੱਟੀ ਦੇ ਪਿੰਡ ਜਿਹੜੇ ਕਿ ਤੇਜਾ ਰਹਿਲਾ, ਉੱਧਰ ਵੀ ਪਾਣੀ ਜਿਹੜਾ ਵੱਧ ਰਿਹਾ ਉਹ ਘੁੰਮ ਕੇ ਇੱਧਰ ਨੂੰ ਆ ਰਿਹਾ ਪਾਣੀ। ਅਤੇ ਇਹ ਪਾਣੀ ਹੁਣ ਇੱਥੇ ਢਾਣੀ ਬਚਨ ਸਿੰਘ ਚਾਖੀ ਵਾ ਰਕਬਾ ਇੱਥੇ ਦਾਖਲ ਹੋਣਾ ਸ਼ੁਰੂ ਹੋ ਗਿਆ, ਅਤੇ ਕੱਲ੍ਹ ਨਾਲੋਂ ਕਾਫੀ ਪਾਣੀ ਦਾ ਸਤਰ ਵਧਿਆ ਗਿਆ ਅਤੇ ਦਿਨ ਬ ਦਿਨ ਥੋੜ੍ਹਾ ਵੱਧ ਰਿਹਾ। ਅਤੇ ਮੌਕੇ ਦੇ ਪ੍ਰਸ਼ਾਸਨ ਨੂੰ ਤੋਂ ਚਾਹੀਦਾ ਵੀ ਇੱਥੇ ਆ ਕੇ ਥੋੜ੍ਹੀ ਸਾਰ ਲਈ ਜਾਏ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਜਗਤਾਰ ਸਿੰਘ ਜੀ। ਕਿੱਥੋਂ ਰਹਿਣ ਵਾਲੇ ਹੋ? ਸਾਡਾ ਪਿੰਡ ਦੁਨਕੀਆਂ ਜੱਲਾ ਕੇ ਠਾੜ ਜੀ। ਇਹ ਕਿਹੜਾ ਰਕਬਾ ਜਿਹੜਾ ਡੁੱਬ ਗਿਆ? ਇਹ ਰਕਬਾ ਚੱਕੀ ਵਿੱਚ ਪੈਂਦਾ ਜਨਾਬ, ਵੇਖੋ ਤੁਹਾਡੇ ਸਾਹਮਣੇ ਹੈ ਜੀ, ਆਹ ਪੱਠੇ ਸਾਡੇ ਚਾਰਾ ਗਰੀਬਾਂ ਦਾ ਪਸ਼ੂ ਦੇ ਅੱਜ ਤੋਂ ਲੈ ਕੇ ਬੰਦ ਹੋ ਗਿਆ ਜੀ। ਜੀ ਆਹ ਝੋਨਾ ਲਾਇਆ ਸੀ, ਆਹ ਝੋਨਾ ਵੇਖ ਡੁੱਬਾ ਪਿਆ ਜੀ, ਜਿਸ ਦਾ ਨਹੀਂ ਪਿਆ ਜੀ। ਵੇਖੋ ਤੁਹਾਡੇ ਸਾਹਮਣੇ ਵੱਢਣੀ ਸੀ ਜੀ, ਤੇ ਅਸੀਂ ਮੰਗ ਕਰ ਰਹੇ ਪ੍ਰਸ਼ਾਸਨ ਕੋਲੋਂ ਜੋ ਮੌਕੇ ਦੇ MLA ਗਏ ਨੇ ਸਾਹਿਬ ਜੀ, ਵੀ ਸਾਡੇ ਗਰੀਬਾਂ ਵਾਸਤੇ ਕੋਈ ਪਸ਼ੂਆਂ ਦਾ ਚਾਰਾ, ਕੋਈ ਗਰੀਬਾਂ ਨੂੰ ਰਾਸ਼ਨ ਪਾਣੀ ਜੀ ਤੇ ਪ੍ਰਚਾਰਨ ਦੀ ਕਪਾਲਤਾ ਕਰਨ। ਸਾਨੂੰ ਤਾਂ ਇਹ ਸਾਰਾ ਸੀ ਆ, ਪਸ਼ੂਆਂ ਦੇ ਗੁਜ਼ਾਰਾ ਕਰਦੇ ਆ, ਪੱਠੇ ਪੁੱਠੇ ਵੱਢ ਕੇ ਜਾਂਦੇ ਆ, ਅਤੇ ਹੋਰ ਤਾਂ ਕੋਈ ਸਾਧਨ ਨਹੀਂ ਹੈਗਾ ਇੱਥੇ ਬਾਰਡਰ ਏਰੀਏ 'ਤੇ। ਕਦੇ ਮੈਣਾਂ ਨੇ ਸਾਨੂੰ ਲੁੱਟ ਲਿਆ, ਕਦੇ ਪਾਣੀ ਨੇ ਲੁੱਟ ਲਿਆ, ਇਹੀ ਹਾਲ ਗਰੀਬਾਂ ਦਾ ਬਾਰਡਰ ਏਰੀਆ ਸਾਰਿਆਂ ਦਾ ਜੀ। ਕਿਹੜੇ ਕਿਹੜੇ ਪਾਣੀਆਂ ਨੇ ਇੱਥੇ ਮਾਰ ਕੀਤੀ ਸੀ? ਇਹ ਪਾਣੀ ਆਪਣੇ ਜੀ 88 ਵੇਲੇ ਜੀ, 95 ਆਇਆ ਪਾਣੀ ਆਇਆ, ਫਿਰ 2001 'ਚ ਆਇਆ ਜੀ, ਤੁਹਾਡੇ ਸਾਹਮਣੇ ਹੁਣ ਆਪਣੇ ਪਾਣੀ 2023 'ਚ ਆਇਆ ਜੀ। ਜੀ ਇਹ ਤਾਂ ਸਵੇਰੇ ਪਾਣੀ ਮੈਂ ਆਇਆ ਜੀ, ਵੇਖਾ ਜੀ ਨਾ ਜੀ ਥੋੜ੍ਹਾ ਪਾਣੀ ਸੀ, ਆਹ ਸਿਰਫ 1 ਘੰਟੇ ਦੇ ਵਿੱਚ ਪਾਣੀ ਵੇਖੋ ਜੀ, ਆਹ ਮਿੰਟੋ ਮਿੰਟ ਬਹੁਤ ਪਾਣੀ ਜੀ, ਵੀ ਸਾਨੂੰ ਅਜੇ ਪਾਣੀ ਦੀ ਰਫ਼ਤਾਰ ਵੀ ਬਹੁਤ ਬਹੁਤ ਜ਼ਿਆਦਾ ਰਫ਼ਤਾਰ ਹੈਗੀ ਹੈ ਜੀ। ਇੱਧਰ ਬਾਰਡਰ ਏਰੀਆ ਵੱਲੋਂ ਇੱਧਰ ਦਾਖਲ ਹੋ ਰਿਹਾ? ਹਾਂ ਬਾਰਡਰ ਪੂਰੇ ਪਿੱਛੋਂ ਪੁੱਠਾ ਹੀ ਪਾਣੀ ਪਾਕਿਸਤਾਨ ਵੱਲੋਂ ਆਇਆ ਜੀ ਪਾਣੀ ਜੀ ਇੱਧਰ ਆਪਣੇ ਹਰੀਕ ਵਾਲਾ ਪਾਣੀ ਉੱਤੋਂ ਨਹੀਂ ਆਉਂਦਾ ਜੀ, ਘੁੰਮ ਕੇ ਆਉਂਦਾ, ਆਹ ਘੁੰਮ ਕੇ ਆਉਂਦਾ ਹੈ ਅਤੇ ਫਿਰ ਆਪਣੇ ਵਾਲੇ ਇੱਧਰ ਪਿਛਾ ਬੈਗ ਮਾਰ ਕਰਦਾ ਹੈ ਵੀ ਉਹਨਾਂ ਆਪਦੇ ਪਾਣੀ ਬੰਦ ਕਰ ਦਿੰਦੇ ਸੁਲੇਮਾਨ ਹੈਡ ਵਾਲਾ ਜੀ, ਅਤੇ ਸੁਲੇਮਾਨ ਹੈਡ ਜੇ ਛੱਡ ਦੇਣਾ ਫਿਰ ਬੱਚਤ ਹੋਵੇ ਜੇ ਗਰੀਬ ਜਨਤਾ ਨਹੀਂ ਡੁੱਬਦੀ। ਹੁਣ ਤੁਹਾਡੇ ਸਾਹਮਣੇ ਜੀ ਵੇਖੋ ਸਾਰੇ ਜੋ ਬੰਦ ਸਾਰੇ ਝੋਨਾ ਸਾਰੇ ਡੁੱਬ ਗਿਆ ਜੀ। ਜੀ ਪਾਣੀ ਵਧਣ ਦੀ ਸੰਭਾਵਨਾ ਹੈ? ਹਾਂਜੀ ਹਾਂਜੀ ਪਾਣੀ ਫੁੱਲ ਵਧਣ ਦੀ ਸੰਭਾਵਨਾ ਹੈਗੀ ਹੈ ਜੀ। ਵੱਡਾ ਜਿਹੜਾ ਕਿ ਰੋਸ ਹੈਗਾ ਇੱਥੋਂ ਦੇ ਕਿਸਾਨਾਂ ਦੇ ਵਿੱਚ, ਜਿਹੜਾ ਕਿ ਇਹਨਾਂ ਦਾ ਕਹਿਣਾ ਕਿ ਜਦੋਂ ਵੀ ਫਸਲ ਇਹਨਾਂ ਦੀ ਡੁੱਬ ਜਾਂਦੀ ਹੈ ਔਰ ਜਿਹੜੇ ਕਿ ਮੁਆਵਜ਼ੇ ਜਿਨ੍ਹਾਂ ਦੀ ਫਸਲ ਨੂੰ ਪਾਣੀ ਵੀ ਨਹੀਂ ਪੈਂਦਾ ਵੱਡੇ ਘਰਾਣਿਆਂ ਦੇ ਆ ਇਹਨੂੰ ਮੁਆਵਜ਼ੇ ਦੇ ਦਿੱਤੇ ਜਾਂਦੇ ਨੇ ਉੱਚੇ ਟਿੱਬੇ ਵਾਲਿਆਂ ਨੂੰ, ਟਿੱਬੇ ਵਾਲੇ ਜਿਹੜੇ ਉੱਤੇ ਟਿੱਬੇ ਉੱਚੇ ਉੱਚ ਹੁੰਦੇ ਨੇ ਉਹਨਾਂ ਉਹ ਮਜਬਾ ਲੈ ਜਾਂਦੇ ਨੇ, ਜਿਹੜੇ ਸਾਡੇ ਵਰਗੇ ਡੁੱਬਿਆਂ ਦੇ ਹੋਣਾ ਤੁਹਾਡੇ ਸਾਹਮਣੇ ਆ 5-5 ਫੁੱਟ ਪੱਠੇ 'ਚ ਹੈਗੇ ਨੇ ਜੀ, ਵੇਖੋ ਡੁੱਬੇ ਪਏ ਨੇ, ਸਾਨੂੰ ਕੋਈ ਸ਼ਾਇਦ ਨਹੀਂ ਮਿਲਣੀ ਜੇ ਉੱਤੇ ਟਿੱਬੇ ਵਾਲੇ ਉੱਚੇ ਪਹਾੜੀਆਂ ਵਾਲੇ ਉਹ ਪੈਸੇ ਲੈ ਜਾਂਦੇ ਨੇ। ਇਹ ਕਿਸਾਨਾਂ ਦੇ ਵਿੱਚ ਰੋਸ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਮਿਲੀ ਭੂਗਤ ਕਰਕੇ ਇਹ ਜਿਹੜਾ ਕਿ ਵੱਡੇ ਘਰਾਣਿਆਂ ਨੂੰ ਮੁਆਵਜ਼ੇ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਪਾਣੀ ਪੈਂਦਾ ਵੀ ਨਹੀਂ ਫਸਲ ਦੇ ਵਿੱਚ, ਅਤੇ ਇਹਨਾਂ ਦਾ ਦਰਦ ਹੈਗਾ
ਤੇ ਹੁਣ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਚੰਗੇ ਅਧਿਕਾਰੀ ਜਿਹੜੇ ਕਿ ਰਿਸ਼ਵਤ ਰਹਿਤ ਇਮਾਨਦਾਰ ਅਧਿਕਾਰੀ ਪਹੁੰਚ ਕੇ ਇਹਨਾਂ ਕਿਸਾਨਾਂ ਦੀ ਸਾਰ ਲਈ ਜਾਵੇ।